ਨਜ਼ਰ ਆ ਨਾ। ਹਾਂ ਦੇਖ ਲਾ ਸਾਰਾ ਖੂਨ ਫਿਰ ਚ ਜਾਊਗਾ ਕਹਿੰਦਾ ਵੇ ਮੈਂ ਵੀ ਗੱਡੀ ਚ ਸੌ ਜਾਣਾ ਸਿਰਫ ਮੈਂ ਇਕੱਲਾ ਸਿੱਖਣਾ ਤੂੰ ਆ ਮੈਂ ਇੱਧਰ ਆ ਕੇ ਕਰਾਂ ਪਾਕਿਸਤਾਨ ਵਿੱਚ ਦੱਸ ਦਿਓ ਵੀ ਛੋਟੀਆਂ ਇੱਦਾਂ ਜੋੜ ਕੇ ਲੰਘਦੀਆਂ ਸੀ ਉਹ ਛੋਟੇ ਕੈਂਪ ਦੇ ਕਸਮੇ ਬਹੁਤ ਈਜ਼ੀ ਆ ਅੰਦਰ ਇੱਕ ਕਣੀ ਵੀ ਨਹੀਂ ਆਏਗੀ ਇਹ ਆਪਾਂ ਭਾਈ ਯਾਦ ਆ ਜਦੋਂ ਉਦੋਂ ਤਿੰਨਾਂ ਵੈਨਾਂ ਤੇ ਆਏ ਸੀ ਕਿੰਨਾ ਮੌਸਮ ਖਰਾਬ ਸੀ ਤੈਨੂੰ ਅਸੀਂ ਉੱਧਰ ਲੱਭਦੇ ਆਏ ਆ
ਉਹ ਟਰੈਕਟਰ ਲੈ ਕੇ ਆ ਗਿਆ ਜਿਹੜੀ ਗੱਡੀ ਫਸ ਗਈ ਉਦੋਂ ਪਿਛਲੀ ਵਾਰੀ ਜਿੱਥੇ ਗਏ ਨਾ ਅਸੀਂ ਭੂ ਗੱਡੀਆਂ ਉਹ ਫਸ ਗਈਆਂ ਖੂੰਜੇ ਚ ਨਾ ਸਿੱਧਾ ਕਰ ਯੂਟਿਊਬ ਤੇ ਚੜ੍ਹਨੀ ਆ ਲੱਭ ਕੱਲੇ ਲਿਆ ਇਹਨਾਂ ਕੋਲ ਲੱਗਣਾ ਹੀ ਨਹੀਂ ਭਾਈ ਲੈ ਗਿਆ ਭਾਈ ਨੇ ਕਪੜਾ ਵੇਚ ਲਿਆ ਪਹਿਲੀ ਵਾਰੀ ਦੋ ਬੰਦੇ ਵਾਲਾ ਲਿਆ ਸੀ ਨਾ ਖੱਪ ਗਿਆ ਨਹੀਂ ਲੱਗਾ ਉਧਰ ਜਾ ਕੇ ਲੱਗਿਆ ਤੂੰ ਉਹਨੂੰ ਚੁੱਕ ਕੱਪੜੇ ਨੂੰ ਥੱਲੇ ਖਿੱਚੋ ਫਿਰ ਥੱਲੇ ਲੰਮਾ ਪਾ ਲਓ ਫਿਰ ਤੀਸਰਾ ਜਦੋਂ ਆਪਣੀ ਵੈਨ ਆ ਨਾ ਸਾਰਾ ਕੁਛ ਨਾ ਇਹ ਕਵਰ ਹੋ ਜਾਣੀ ਹੈ ਛੋਟੀਆਂ ਜ਼ਮੀਨ ਚ ਕੱਢਦੀ ਆ ਬਾਅਦ ਚੋਂ ਹੈਗੇ ਨਹੀਂ ਬਿਲਕੁਲ
ਕਿਹੜੀ ਕਹਿੰਦਾ ਇਹਦੇ ਵਿੱਚ ਪਾਣੀ ਆਇਆ ਸਮੁੰਦਰ ਇਹ ਹੁਣ ਥੱਲੇ ਚਲੀ ਗਈ ਨਾ ਹੁਣ ਕਿੱਥੇ ਨਹੀਂ ਨਿਕਲੇ ਡਾਲੀ ਇਸ ਤੇ ਆਪਣਾ ਹੈਦਰ ਪਾ ਲੱਗੀ ਤੂੰ ਹੈਦਰ ਆ ਨਾ ਕੱਲਾ ਬੱਚੇ ਲੈ ਕੇ ਆਉਣਾ ਰਿਕਾਰਡਿੰਗ ਬਣ ਰਹੀ ਪੂਰੀ ਪੈਡਾਂ ਕੀ ਆ ਪੈਗਾਂ ਉਹ ਕੀ ਆ ਰੱਸੀਆਂ ਖਿੱਚ ਕੇ ਨਾ ਕਿਲ ਠੋਕਣੇ ਆ ਜ਼ਮੀਨ ਹਾਂ ਤਾਂ ਕਿ ਹਵਾ ਹਵੂ ਨਾ ਵੀ ਜੋ ਮਰਜ਼ੀ ਹੋਈ ਜਾਵੇ ਜੇ ਹਨੇਰੀ ਆ ਗਈ ਫੇਰ ਜੋ ਮਰਜ਼ੀ ਹੋ ਜਾਏ ਹਰ ਸ਼ੈ ਉੱਡ ਜਾਏਗੀ ਨਾ ਸ਼ਾਹ ਨੂੰ ਤਾਂ ਸਿਖਾਉਣ ਹੀ ਨਹੀਂ ਦੇ ਤੁਸੀਂ ਭਾਈ ਜਾਨ ਇਹਨੇ ਲੰਨ ਸਿੱਖ ਲਿਆ ਮੈਂ ਆੜਾ ਨਾ ਆ ਕੇ ਨਾ ਥੱਲੇ ਸੌ ਗਿਆ ਉੱਤੇ ਇਹਨੇ ਲੰਨ ਸੌਣ ਆ ਦੇਖ ਜਿਹੜੀ ਆ ਚੀਜ਼ ਹੈ ਨਾ ਉਹਦੇ ਫੇਸ ਤੇ ਪੈਣ ਠੀਕ ਹੈ ਕਿੰਨੀ ਚੀਜ਼ ਹੈ ਜਿਹੜੀ ਇੱਧਰ ਪਾਈ ਹੈ ਨਾ ਮੈਂ ਅੱਛਾ ਇੱਧਰ ਆ ਲੋ ਤਰਾ ਹਾਂ ਇੱਧਰ ਆ ਮੈਂ ਫਰੇ ਪਾ ਨਾ ਤੂੰ ਅੰਦਰ ਤੂੰ ਕਰਨਾ ਉਹ ਪਾ ਆ ਥੜੀ ਪਾਈ ਹੈ ਵਿੱਚ ਕਿਤਨੀ ਮਾਗੇ ਨਹੀਂ ਪਾ ਆਪਾਂ ਨਿਕਲਣਾ ਮੜਨਾ ਕਿਵੇਂ ਦੀ ਆ ਫਿਰ ਉਧਰ ਦੀ ਅੱਛਾ ਉਹ ਗੇਟ ਇਧਰ ਆ ਜਾਣਾ ਹਾਂ ਆ ਇਹਨਾਂ ਕਨੈਕਟ ਹੋ ਜਾਣਾ ਸਾਰਾ ਆ ਨਹੀਂ ਜਾ ਰਿਹਾ ਥੱਲੇ ਹੌਲੀ ਕਿਤੇ ਜਾਏਗਾ ਟੁੱਟ ਲੱਗ ਜਾਏਗਾ ਨਹੀਂ ਜਾ ਟੁੱਟਦਾ ਹਲੋ ਅੰਦਰ ਆ ਖਲੋ ਹਾਂਜੀ ਆ ਬੰਦੇ ਆਖਰੀ ਆਖਰੀ ਪਈਆ ਦੱਸੀ ਉਹਨੂੰ ਔਨ ਤਾਂ ਸਾਰਾ ਦਿਨ ਝੂਠ ਹੀ ਬੋਲਦਾ ਰਹਿੰਦਾ ਖਰੇ ਕੌਣ ਔਨ ਨਹੀਂ ਕੱਢੋ ਨੀ ਉਹਦੇ ਵਿੱਚ ਕਿੱਲੀ ਦੱਸ ਦੇਣਾ ਉਹ ਚੂਹ ਦੇ ਕਿੱਲੀ ਵਿੱਚ ਉਡਾਉਣੀ ਕੀ ਆਵਾਜ਼ ਨਹੀਂ ਆਉਂਦੀ ਜ਼ੋਰ ਲਗਾਣਾ ਪੈਂਦਾ ਆ ਜਿਹੜੀ ਇਹਦੀ ਮੂਰੀ ਚ ਪਾ ਗੱਲ ਕਰਾ ਔਨ ਕਿੱਥੇ ਆ ਔਰ ਫਿਰ ਰੱਖੋ ਨੀਚੇ ਰੱਖੀ ਬਾਬਾ ਕੀ ਔਨ ਆ ਵੀ ਔਨ ਉਹਦੇ ਪਿੱਛੇ ਚੱਲਣਾ ਔਨ ਸਾਰਿਆਂ ਨੂੰ ਬਿਠਾ ਕੇ ਝੂਠ ਸੁਣਾਈ ਜਾ ਰਿਹਾ ਵਾ ਵਿੱਚ ਬਿਠਾ ਕੇ ਪਤਾ ਨਹੀਂ ਕੀ ਗੱਲਾਂ ਸੁਣਾਈ ਜਾਂਦਾ
ਕਸਮੇ ਇਹ ਲੈ ਮੈਂ ਲੱਭੀ ਇੱਥੇ ਮੈਂ ਕਿਹਾ ਦਿਖਾਉਣਾ ਤੈਨੂੰ ਹੁਣੇ ਗਈ ਤੇ ਲੂਸੀ ਪਰੇ ਨੂੰ ਆ ਦੇਖੀ ਲੈ ਕਾਜੇ ਕਾਜੇ ਇੱਥੇ ਆ ਭਾਈ ਆ ਦੇ ਕਿਲ ਲਾ ਦਿਓ ਜਲਦੀ ਦੇਖੋ ਤਾਂ ਭਾਈ ਠੀਕ ਆ ਭਾਈ ਕਰੋ ਇੰਜੋਏ ਖਾ ਲਓ ਖਾਣਾ ਛਾਣਾ ਖਾਓ ਫਿਰ ਮੈਂ ਕਰਦਾ ਗੱਲ ਮੈਨੂੰ ਫੜਾ ਭਾਈ ਮੇਰੇ ਨਾਲ ਇੱਧਰ ਆ ਨਾ ਭਾਈ ਕੋ ਭਾਈ ਸਬਰ ਕਰ ਸਬਰ ਕਰ ਓਕੇ ਹਾਂਜੀ ਜੜ ਜੀ ਕਿੱਦਾਂ ਭਰਾ ਮੇਰਾ ਠੀਕ ਆ ਰਿਕਾਰਡਿੰਗਾਂ ਚੱਲ ਰਹੀਆਂ ਵਾ ਇੱਥੇ ਤੁਸੀਂ ਦੋਵਾਂ ਭਰਾਵਾਂ ਨੇ ਖਾ ਜਾਣਾ ਨਾਲ ਵਿਚਾਰੇ ਕਿਸੇ ਨੂੰ ਬੋਟੀ ਵੀ ਨਹੀਂ ਆਣੀ ਪੂਰੀ ਮੇਰਾ ਬਸ ਇਹਨੇ ਬਾਹਰ ਸੁੱਟਤਾ ਭੈਣ ਚੋਦ ਕਿਹਨੇ ਡਿੱਗਿਆ ਹੋਣਾ ਨਹੀਂ ਭਾਈ ਉੱਥੇ ਲਗਾਓ ਇੱਕ ਕਿੱਲੀ ਦੋ ਭਾਈ ਭਾਈ ਤੇ ਆਉਣਾ ਭਾਈ ਕਿੱਲੀ ਦੋ ਪਾਓ ਪਾਓ ਤੇ ਕਰ ਕੇ ਕੀ ਆ ਤੁਸੀਂ ਭੁੱਖੇ ਭੈਣ ਦੇ ਪਕੌੜੇ ਦਾ ਤਾਂ ਪਤਾ ਨਹੀਂ ਲੱਗਣਾ ਕਿਸੇ ਨੂੰ ਗਿਆ ਨਾਨਾ ਤੋਂ ਬਗੈਰ ਠੀਕ ਆ ਭਾਈ ਖਾ ਲਓ ਖਾਣਾ ਛਾਣਾ ਭਰਾ ਮੇਰੇ ਸਾਰੇ ਹੈ ਤੇ ਮੈਂ ਤੁਹਾਨੂੰ ਕਰਦਾ ਥੋੜੀ ਦੇਰ 'ਚ ਹਾਂਜੀ ਭਾਈ ਕਿੱਦਾਂ ਠੀਕ ਠਾਕ ਭਰਾ ਸ਼ੁਕਰ ਆ ਅਸੀਂ ਭਰਾਵਾ ਕੈਂਪ ਜਿਹਾ ਲਾ ਰਹੇ ਹਾਂ ਵੇਖੋ ਨਾ ਤੇ ਐਵੇਂ ਮਾਹੌਲ ਜਿਹਾ ਬਣਾਉਣਾ ਅਸੀਂ ਲੱਗੇ ਹੋਰ ਭਾਈ ਕਿੱਦਾਂ ਸਭ ਕਰਕੇ ਆ ਜੀ ਭਰਾ ਮੇਰੇ ਸਾਰੇ ਠੀਕ ਨੇ ਆਪਣੇ ਲੋਕਾਂ ਦੇ ਹੀ ਬਣਦੇ ਆ ਰੌਲੇ ਰੱਪੇ ਓਦਾਂ ਕੋਈ ਨੀ ਓਕੇ ਭਾਈ ਜਾਨ ਲਾ ਫਿਰ ਲਾ ਉਹਨੂੰ ਕਹਾ ਪੈਸੇ ਅਸੀਂ ਦੇ ਦਾਂਗੇ ਜਿਹੜਾ ਵੀ ਰੋਕੇ ਤੈਨੂੰ ਮੈਂ ਆਪਣੀ ਡਿਟੇਲ ਭੇਜਦਾ ਜਿਹੜਾ ਰੋਕੇ ਤੂੰ ਕਹਿਣਾ ਮੈਂ ਗੋਸ਼ਾ ਵਾਂ ਪੁਲਿਸ ਜੇ ਰੋਕੇ ਤੇ ਕੋਈ ਨਹੀਂ ਤੈਨੂੰ ਪੁੱਛੇਗਾ ਤੇ ਰਾਤ ਇੱਥੇ ਰੁਕਣਾ ਅਸੀਂ ਤੇ ਸਵੇਰ ਹੁਣੇ ਆ ਬਸ ਕੈਂਪ ਲਾਉਣ ਡਏ ਹਾਂ ਕੌਣ ਹੈ
ਮੈਂ ਭਾਈ ਖਾਲਦ ਹਾਂ ਤੇ ਕਾਜਾ ਵਾ ਭਾਈ ਸ਼ਾਹ ਵਾ ਤੇ ਲੋਕੇਸ਼ ਕੌਣ ਲੋਕੇਸ਼ ਆ ਗਈ ਹੁਣ ਆ ਗਈ ਕੌਣ ਇਸ਼ਤਿਆ ਕਹਿੰਦਾ ਮੈਂ ਆਇਆ ਹੋਰ ਕਿਹੜਾ ਹੋ ਸਕਦਾ ਉਹਨੂੰ ਕਿਹਾ ਆ ਜਾ ਤੇਰੀ ਵੀ ਆ ਸ਼ੁਗਲ ਬੰਨੇਗਾ ਪੂਰਾ ਪਰ ਇਹਨਾਂ ਦਾ ਇੰਟਰਨੈਸ਼ਨਲ ਲਾਇਸੈਂਸ ਜਿਹੜਾ ਉਹ ਕੰਮ ਕਰਦਾ ਹੀ ਆ ਪੂਰਾ ਉਹਦਾ ਕਹਿੰਦਾ ਸਾਊਦੀ ਵਾਲਾ ਨਹੀਂ ਪਰ ਦੁਬਈ ਦਾ ਸੁਣਿਆ ਵਾ ਤੇ ਦੁਬਈ ਵਾਲਾ ਮੈਂ ਕਹਿੰਦਾ ਮੈਂ ਟ੍ਰਾਂਸਫਰ ਕਰਾਇਆ ਵਾ ਜਾ ਕੇ ਇੱਕ ਸਾਲ ਲਈ ਵੈਲਿਡ ਆ ਉਹ ਵੀ ਨਹੀਂ ਇੱਥੇ ਤਾਂ ਕਨਵਰਟ ਹੋ ਜਾਣਾ ਡਾਇਰੈਕਟ ਅੱਲਾ ਦੀ ਡੋਰ ਪਿਛਲੀ ਵਾਰੀ ਨੇਰੀ ਆਈ ਪਤੰਗ ਨਾ ਉੜ ਗਈ ਫਗੜ ਕੇ ਨਿਕਾਲ ਲੈਂਦੇ ਆਂ ਸੇ ਬਸ ਛੱਡ ਦੇ ਯਾਰ ਇਹਨੂੰ ਲੋਕੇਸ਼ ਸੌਂ ਗਏ ਹਲੇ ਤੇ ਜੋੜ ਜਿਹੜਾ ਹੀ ਆ ਹੋ ਰਿਹਾ ਵਾ ਸ਼ਾਹ ਵੇ ਵੀ ਚੱਕੇ ਵਿੱਚ ਝਾਤੀ ਮਾਰਨ ਦਿਆ ਸਾਡੇ ਉਹਨੂੰ ਜ਼ੂਮ ਕੀਤਾ ਸਾਰੇ ਬੰਨੇ ਕਰ ਲਿਆ ਲੰਬੜਦਾਰਾ ਜ਼ੂਮ ਹੀ ਜ਼ੂਮ ਕਰਤਾ ਸ਼ਾਹ ਜੀ ਜੋੜੋਗੇ ਕਿਦਾਂ ਤੁਸੀਂ ਜੇ ਆ ਗਏ ਕਿਤੇ ਫਿਰ ਫੜ ਕੇ ਬਹਿ ਗਿਆ ਭੈਣ ਦੀ ਲੰਨੇ ਨੂੰ ਜੋੜਨਾ ਕਿਦਾਂ ਬਹੁਤ ਈਜ਼ੀ ਆ ਸ਼ਾਹ ਜੀ ਤਿੰਨ ਸਰੀਏ ਜਿਹਾ ਜਿਹੜਾ ਨਗਾਉਣੇ ਆਏ ਸ਼ਾਹ ਅਸੀਂ ਕੁਛ ਉਤਲੀ ਛੱਤ ਖੋਲਦੇ ਸੀ ਆਪਣੇ